ਸਤਿਕਾਰ ਦੋਸਤੋ ਕੈਨੇਡੀਅਨ ਇਮੀਗ੍ਰੇਸ਼ਨ ਨਿਊਜ਼ ਚ ਤੁਹਾਡਾ ਸਵਾਗਤ ਆ ਲਗਾਤਾਰ ਕੈਨੇਡੀਅਨ ਇਮੀਗ੍ਰੇਸ਼ਨ ਦੀਆਂ ਅਪਡੇਟਸ ਲੈ ਕੇ ਤੁਹਾਡੇ ਕੋਲੇ ਹਾਜ਼ਰ ਹੁੰਦੇ ਆ ਅੱਜ ਦੀ ਖਬਰ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਰਹਿੰਦੇ ਵਸਨੀਕਾਂ ਲਈ ਬਹੁਤ ਵਧੀਆ ਖਬਰ ਬਾਇਓਮੈਟ੍ਰਿਕਸ ਜੋ ਕਿ ਸਿਰਫ ਤੇ ਸਿਰਫ ਅਜੇ ਤੱਕ ਸਟੱਡੀ ਪਰਮਿਟਸ ਦੇ ਜਾਂ ਐਪਲੀਕੇਸ਼ਨਸ ਦੇ ਹੋ ਰਹੇ ਸਨ ਉਹਨਾਂ ਨੂੰ ਐਕਸਪੈਂਡ ਕਰ ਦਿੱਤਾ ਗਿਆ ਆ ਹੁਣ ਛੇਤੀ ਉਹਨਾਂ ਲੋਕਾਂ ਨੂੰ ਵੀ ਬਾਇਓਮੈਟ੍ਰਿਕ ਅਪਾਇੰਟਮੈਂਟਸ ਮਿਲਣਗੀਆਂ ਜਿਹੜੇ ਸਟੱਡੀ ਪਰਮਿਟਸ ਤੋਂ ਇਲਾਵਾ ਨੇ ਆਲਦੋ ਕਿ ਸਟੱਡੀ ਪਰਮਿਟ ਐਪਲੀਕੇਸ਼ਨਸ ਜਿਹੜੀਆਂ ਨੇ ਉਹ ਅਜੇ ਵੀ ਪ੍ਰਾਇੋਰਟੀ ਤੇ ਰਹਿਣਗੀਆਂ ਬਾਕੀ ਲੋਕਾਂ ਨੂੰ ਵੀ ਅਪਾਇੰਟਮੈਂਟਸ ਮਿਲਣ ਦੀ ਸੰਭਾਵਨਾ ਆ ਸੋ ਬਹੁਤ ਵੱਡੀ ਖਬਰ ਕਿ ਹਿੰਦੁਸਤਾਨ ਦੇ ਵਿੱਚ ਬਾਇਓਮੈਟ੍ਰਿਕਸ ਖੁੱਲ ਰਹੇ ਨੇ ਪ੍ਰੋਪਰਲੀ ਖੁੱਲਣਗੇ ਬਾਕੀ ਐਪਲੀਕੇਸ਼ਨਸ ਵਾਸਤੇ ਵੀ ਹੁਣ ਤੱਕ ਸਿਰਫ ਤੇ ਸਿਰਫ स्टडी परमिट एप्लीकेशन्स दिया उत्ते बायोमैट्रिक्स हो रहे सन बाकी बायोमैट्रिक्स नहीं हो रहे सन वो खोल दिते गए ने छेती बाकियां नूं भी अपॉइंटमेंट्स मिलणगियां सो वड्डी खबर कि बायोमैट्रिक्स नूं एक्सपैंड किया जा रहा है बाकी एप्लीकेशन्स वास्ते कैनेडियन इमीग्रेशन न्यूज़ नूं फॉलो करते रहो शेयर करो रैगूलर अपडेट्स लैन वास्ते निचले सबसक्राइब बटन क्लिक करो अते होरा यारा दोस्तों भी शेयर करके इनफॉर्म करो इतने हरेक कैनेडियन इमीग्रेशन की खबर तुहानू मिंटा सकिंटा दे विच मिलेगी।